ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਈ ਵਿੱਚ ਪਾਕਿਸਤਾਨੀ ਰੂਮਸ ਦਾ ਕਿਰਾਇਆ ਘੱਟ ਹੋਣ ਕਰਕੇ ਮੈਂ ਵੀ ਪਾਕਿਸਤਾਨੀ ਰੂਮ ਵਿੱਚ ਰਹਿਣ ਲਈ ਗਿਆ, ਕਿਉਂਕਿ ਉਦੋਂ ਮੈਂ ਨਵਾਂ ਦੁਬਈ ਆਇਆ ਸੀ ਤੇ ਅਜੇ ਪੂਰੇ ਪੈਰ ਨਹੀਂ ਲੱਗੇ ਸਨ। ਮੈਨੂੰ ਉੱਥੇ ਲਿਜਾਣ ਵਾਲੇ ਪੰਮੀ ਭਾਜੀ ਦਿੱਲੀ ਤੋਂ ਸਨ, ਜੋ ਬਾਅਦ ਵਿੱਚ ਪਤਨੀ ਦੇ ਬਿਮਾਰ ਹੋਣ ਕਰਕੇ ਵਾਪਸ ਭਾਰਤ ਚਲੇ ਗਏ ਤੇ ਮੈਂ ਫਿਰ ਪੂਰੇ ਫਲੈਟ ਵਿੱਚ ਇਕੱਲਾ ਹੀ ਭਾਰਤੀ ਸੀ ਤੇ ਮੈਂ ਉੱਥੇ 1 ਸਾਲ 1 ਮਹੀਨਾ ਰਿਹਾ। ਬਹੁਤ ਮਿੱਠੇ ਤਜਰਬੇ ਰਹੇ, ਜੋ ਕਿ ਇੰਡੀਆ ਵਿੱਚ ਬਣ ਚੁੱਕੀ ਸੋਚ ਦੇ ਬਿਲਕੁਲ ਉਲਟ ਸਨ। ਤਜਰਬੇ ਸਾਂਝੇ ਕਰਨ ਤੇ ਆਵਾਂ ਤਾਂ ਕਿਤਾਬ ਭਰ ਜਾਵੇ, ਪਰ ਇੱਕ ਘਟਨਾ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ। ਸ਼ੁੱਕਰਵਾਰ ਛੁੱਟੀ ਵਾਲੇ ਦਿਨ ਅਸੀਂ ਨਾਸ਼ਤਾ ਸਾਰੇ ਇਕੱਠੇ ਥੱਲੇ ਬੈਠ ਕੇ ਕਰਿਆ ਕਰਦੇ ਸੀ। ਵਾਰੀ ਦੇ ਹਿਸਾਬ ਨਾਲ ਮੀਆਂ ਜੀ ਦੇ ਢਾਬੇ ਤੋਂ ਪਰੌਂਠੇ ਲਿਆਉਣੇ ਤੇ ਗੋਲ ਚੱਕਰ ਬਣਾ ਕੇ ਸਭ ਨੇ ਨਾਲ ਨਾਲ ਬੈਠ ਕੇ ਖਾਣੇ। ਉਦੋਂ ਇੱਕ ਮੁੰਡਾ ਪਾਕਿਸਤਾਨ ਤੋਂ 3 ਮਹੀਨੇ ਦਾ ਟੂਰਿਸਟ ਵੀਜ਼ਾ ਲੈ ਕੇ ਨੌਕਰੀ ਲੱਭਣ ਆਇਆ ਸੀ ਤੇ ਸਿਰਫ 10 ਦਿਨ ਰਹਿ ਗਏ ਸੀ ਤੇ ਨੌਕਰੀ ਨਹੀਂ ਮਿਲੀ ਸੀ। ਉਸਦੇ ਵਿਚਾਰੇ ਦੇ ਪੈਸੇ ਵੀ ਖਤਮ ਹੋ ਗਏ ਸਨ। ਇੱਕ ਸ਼ੁੱਕਰਵਾਰ ਮੈਂ ਸਭ ਨੂੰ ਕਿਹਾ ਕਿ ਮੇਰਾ ਨਾਸ਼ਤਾ ਨਾ ਲਿਆਉਣਾ, ਮੈਂ ਗੁਰਦੁਆਰੇ ਜਾ ਰਿਹਾ ਹਾਂ, ਨਾਸ਼ਤਾ ਉੱਥੇ ਲੰਗਰ ਵਿੱਚ ਛਕਾਂਗਾ। ਤਦ ਉਹ ਮੁੰਡਾ ਵੀ ਰੂਮ ਵਿੱਚ ਸੀ ਤੇ ਪੁੱਛਦਾ ਕਿ ਗੁਰਦੁਆਰੇ ਵਿੱਚ ਰੈਸਟੋਰੈਂਟ ਵੀ ਹੁੰਦਾ। ਮੈਂ ਮੁਸਕਰਾਇਆ ਤੇ ਉਸਨੂੰ ਸਮਝਾਇਆ, ਰੈਸਟੋਰੈਂਟ ਨਹੀਂ ਹੁੰਦਾ, ਅਸੀਂ ਪ੍ਰੇਅਰ ਯਾਨੀ ਕਿ ਮੱਥਾ ਟੇਕ ਕੇ ਲੰਗਰ ਛਕੀਦਾ ਹੈ, ਜੋ ਬਿਲਕੁਲ ਮੁਫ਼ਤ ਹੁੰਦਾ ਹੈ। ਉਹ ਅਚਾਨਕ ਹੈਰਾਨ ਹੋ ਕੇ ਪੁੱਛਦਾ ਹੈ, ਨਾ ਕਰੋ ਭਾਜੀ, ਕਿਉਂ ਮਜ਼ਾਕ ਕਰਦੇ ਜੇ, ਬਿਲਕੁਲ ਮੁਫ਼ਤ? ਮੇਰੀ ਹਾਂ 'ਚ ਹਾਂ ਮਿਲਾਉਂਦਿਆਂ ਇੱਕ ਪਾਕਿਸਤਾਨੀ ਨੇ ਕਿਹਾ, ਹਾਂ ਹਾਂ ਬਿਲਕੁਲ ਮੁਫ਼ਤ ਮਿਲਦਾ ਹੈ, ਮੈਂ ਨਨਕਾਣਾ ਸਾਹਿਬ ਬਾਰੇ ਸੁਣਿਆ ਹੈ। ਉਹ ਫਿਰ ਪੁੱਛਦਾ ਹੈ, ਬਿਲਕੁਲ ਮੁਫ਼ਤ, ਭਾਵੇਂ ਜਿੰਨਾ ਮਰਜ਼ੀ ਖਾਓ? ਹਾਂ ਬਿਲਕੁਲ ਮੁਫ਼ਤ, ਜਿੰਨਾ ਮਰਜ਼ੀ ਢਿੱਡ ਭਰ ਕੇ ਆ ਜਾ ਚੱਲਣਾ। ਤਾਂ ਮੈਂ ਉਸਦੇ ਦਿਲ 'ਚ ਉੱਠ ਰਿਹਾ ਸਵਾਲ ਸਮਝ ਗਿਆ ਸੀ। ਉਹ ਪੈਸੇ ਨਾ ਹੋਣ ਕਰਕੇ 1 ਟਾਈਮ ਦੀ ਲੱਗੀ ਮੈਸ 3 ਟਾਈਮ ਖਾਂਦਾ ਸੀ। ਅੱਛਾ, ਮੁਸਲਮਾਨ ਵੀ ਖਾ ਸਕਦਾ? ਹਾਂ ਬਿਲਕੁਲ। ਮੈਂ ਉਸਦੀ ਹਾਂ ਦੀ ਉਡੀਕ ਕੀਤੇ ਬਿਨਾਂ ਪਾਕਿਸਤਾਨੀ ਦੋਸਤ ਨੂੰ ਕਿਹਾ, ਨੋਲ ਕਾਰਡ ਦੇ ਆਪਣਾ, ਜੋ ਕਿ ਮੰਥਲੀ ਰੇਲ ਕਿਰਾਏ ਦਾ ਕਾਰਡ ਹੁੰਦਾ ਹੈ। ਉਹਨੇ ਫੜਾ ਦਿੱਤਾ ਤੇ ਮੈਂ ਉਸਨੂੰ ਨਾਲ ਲੈ ਕੇ ਗੁਰਦੁਆਰੇ ਜੈਬਲ ਅਲੀ ਆ ਗਿਆ। ਉਸਨੂੰ ਦੱਸਿਆ ਕਿ ਅਸੀਂ ਜੁੱਤੇ ਖੋਲ ਕੇ ਸਿਰ ਢੱਕ ਕੇ ਅੰਦਰ ਜਾਂਦੇ ਹਾਂ। ਟੋਕਰੇ ਵਿੱਚੋਂ 1 ਰੁਮਾਲ ਲੈ ਕੇ ਉਸਦੇ ਸਿਰ ਤੇ ਵੀ ਬੰਨਿਆ ਤੇ ਥੱਲੇ ਉਸਨੂੰ ਲੰਗਰ ਹਾਲ ਦਿਖਾਇਆ, ਜਿੱਥੇ ਸੰਗਤ ਲੰਗਰ ਛਕ ਰਹੀ ਸੀ। ਫਿਰ ਪਹਿਲੀ ਮੰਜ਼ਿਲ ਤੇ ਲੈ ਗਿਆ ਤੇ ਸਮਝਾਇਆ ਕਿ ਸਾਹਮਣੇ ਸਾਡੀ ਹੋਲੀ ਬੁੱਕ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਤੇ ਪ੍ਰੇਅਰ ਕਰਦੇ ਹਾਂ। ਉਸਨੇ ਕਿਹਾ, ਭਾਜੀ ਗੁੱਸਾ ਨਾ ਕਰਿਓ, ਅਸੀਂ ਮੁਸਲਿਮ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਂਦੇ। ਮੈਂ ਕਿਹਾ, ਮੈਂ ਸਮਝ ਸਕਦਾ ਹਾਂ, ਤੂੰ ਇੱਥੇ ਹਾਲ ਵਿੱਚ ਬੈਠ, ਮੈਂ ਮੱਥਾ ਟੇਕ ਕੇ ਆਉਂਦਾ ਹਾਂ। ਮੈਂ ਮੱਥਾ ਟੇਕਿਆ ਤੇ ਉਸਦੇ ਨਾਲ ਆ ਕੇ ਬੈਠ ਗਿਆ ਤੇ ਉਹ ਮੋਬਾਈਲ ਵਿੱਚ ਫੋਟੋਆਂ ਖਿੱਚਦਾ ਰਿਹਾ। ਮਸਾਂ 15 ਕੁ ਮਿੰਟ ਬੈਠੇ ਤੇ ਮੈਂ ਉਸਨੂੰ ਲੰਗਰ ਹਾਲ ਵਿੱਚ ਲੈ ਆਇਆ। ਮੈਂ ਉਸਦੀ ਸਥਿਤੀ ਸਮਝ ਸਕਦਾ ਸੀ, ਉਸਦੇ ਦਿਲ ਵਿੱਚ ਕਿਸ ਚੀਜ਼ ਦੀ ਕਾਹਲ ਹੋਣੀ ਹੈ। ਅਸੀਂ ਪੰਗਤ ਵਿੱਚ ਬੈਠ ਗਏ ਤੇ ਸਾਡੇ ਅੱਗੇ 1 ਟਾਈਮ ਯੂਜ਼ੇਬਲ ਥਾਲੀਆਂ ਆ ਗਈਆਂ। ਮੈਂ ਉਸਨੂੰ ਮਜ਼ਾਕ ਨਾਲ ਹੀ ਕਿਹਾ ਕਿ ਸੰਗੀ ਨਾ ਚੱਕਦੇ ਫੱਟੇ। ਉਹਨੇ ਵੀ ਅੱਗੋਂ ਮਸ਼ਕਰੀ ਕੀਤੀ, ਭਾਜੀ ਬਸ ਵੇਖੀ ਜਾਇਓ। ਤਦ ਤੱਕ ਸੇਵਾਦਾਰਾਂ ਨੇ ਉਸਦੀ ਥਾਲੀ ਵੀ ਭਰ ਦਿੱਤੀ। ਉਸਦੇ ਸਲਵਾਰ ਕੁਰਤੇ ਤੋਂ ਸਭ ਨੂੰ ਅੰਦਾਜ਼ਾ ਸੀ ਕਿ ਇਹ ਭਾਰਤੀ ਨਹੀਂ ਹੈ, ਇਸ ਕਰਕੇ ਸੇਵਾਦਾਰਾਂ ਨੇ ਲੰਗਰ ਵਿੱਚ ਜ਼ਿਆਦਾ ਤਵੱਜੋ ਦਿੱਤੀ ਤੇ ਵਾਰ ਵਾਰ ਹੋਰ ਲੈਣ ਲਈ ਕਿਹਾ ਤੇ ਉਸ ਦੋਸਤ ਨੇ ਵੀ ਖੁੱਲ੍ਹ ਕੇ ਲੰਗਰ ਦਾ ਗੇੜਾ ਦਿੱਤਾ ਤੇ ਰੱਜ ਕੇ ਖਾਧਾ। ਜਦੋਂ ਅਸੀਂ ਲੰਗਰ ਛੱਕ ਕੇ ਬਾਹਰ ਆਏ ਤਾਂ ਪਾਲਿਸ਼ ਹੋਈ ਜੁੱਤੀ ਵੇਖ ਕੇ ਉਹ ਹੋਰ ਵੀ ਖੁਸ਼ ਹੋਇਆ। ਜਦੋਂ ਮੈਂ ਉਸਦਾ ਰੁਮਾਲ ਵਾਪਸ ਰੱਖਣ ਲਈ ਉਤਾਰਨ ਲੱਗਾ ਤਾਂ ਕਹਿੰਦਾ, ਭਾਜੀ ਰੁਕੋ। ਮੈਂ ਹੈਰਾਨੀ ਨਾਲ ਪੁੱਛਿਆ, ਕੀ ਹੋਇਆ? ਕਹਿੰਦਾ, ਭਾਜੀ ਇੱਕ ਵਾਰੀ ਵਾਪਸ ਉੱਪਰ ਜਾਣਾ ਹੈ। ਮੈਂ ਪੁੱਛਿਆ, ਹੋਰ ਫੋਟੋਆਂ ਖਿੱਚਣੀਆਂ? ਕਹਿੰਦਾ, ਨਹੀਂ ਭਾਜੀ, ਇਹ ਜਗ੍ਹਾ ਕੋਈ ਆਮ ਜਗ੍ਹਾ ਨਹੀਂ ਹੈ, ਸਭ ਮੁਫ਼ਤ 'ਚ ਰੋਟੀ ਖਾ ਰਹੇ ਆ, ਵਰਤਾਉਣ ਵਾਲਾ ਖੁੱਲ੍ਹ ਕੇ ਵਰਤਾਈ ਜਾਂਦਾ ਆ, ਖਾਣ ਵਾਲਾ ਰੱਜ ਕੇ ਖਾਈ ਜਾਂਦਾ ਆ, ਇੰਨੀ ਬਰਕਤ! ਮੈਂ ਇੱਥੋਂ ਸਜਦਾ ਕੀਤੇ ਬਿਨਾਂ ਵਾਪਸ ਨਹੀਂ ਜਾਣਾ, ਮੈਨੂੰ ਪਲੀਜ਼ ਇੱਕ ਵਾਰੀ ਉੱਪਰ ਲੈ ਚੱਲੋ, ਮੈਂ ਵੀ ਤੁਹਾਡੇ ਵਾਂਗ ਮੱਥਾ ਟੇਕਣਾ ਆ। ਇਹ ਸੁਣ ਕੇ ਮੇਰਾ ਦਿਲ ਭਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।